बाबा जी की नाम अपना? मेरा नाम ज्ञानी वीर सिंह है जी। केड़ा पिंड है पहला? मेरा पिंड पड़े है जी। हाँ जी, जड़ा इस बार बरसात हो रही है, कनक नहीं लाहेवंद कि नुकसानमंद? नहीं ये नुकसानमंद है, लाहेवंद ता ही जे महीना पहला मीह पैंदा सी। हाँ जी, ते किसान जड़ा वो पहला ही जड़ा वो कर्जे थले दबिया वा, कदे पीड़ापन आ गया, कदे बरसात नाल बहावती झड़ गई, महंगीआं खादा महंगीआं दवाइयां पा पा के किसान जड़ा वो खर्चे बड़े करदा वा, डीजल महंगा वा। देखो हुण कणकां बीजण वास्ते हर बंदे को सुपर सीडर है नहीं, उन्हें किराए ते कणकां जिहड़ियां बजाईआं ने इहदी जिहड़ी वाही चली आ 2000 तों 2200 तक चली आ, इहदी ते मेरे हिसाब नाल जिहड़ी आ खर्चा चढ़िया इह वी नहीं पूरा होणा। ते कणक दा झाड़ जिहड़ा वा ਉਹ ਜੇ ਐਸੇ ਤਰ੍ਹਾਂ ਹੁਣੇ ਹੀ ਬਰਸਾਤ ਬੰਦ ਹੋ ਗਈ ਤੇ ਫਿਰ ਕੋਈ 8-9 ਕੁਇੰਟਲ ਹੈਗਾ, ਤੇ ਜੇ 1-2 ਦਿਨ ਹੋਰ ਬਾਰਿਸ਼ ਪੈ ਗਈ ਤੇ ਫਿਰ 4-5 ਕੁਇੰਟਲ ਹੀ ਰਹਿ ਜਾਣਾ ਵਾ। ਤੇ ਸਰਕਾਰ ਨੂੰ ਚਾਹੀਦਾ ਕੋਈ ਕਿਸਾਨਾਂ ਵੱਲ ਧਿਆਨ ਦੇਵੇ, ਕਿਉਂਕਿ ਕਿਸਾਨ ਦੀ ਹਾਲਤ ਪਹਿਲਾਂ ਹੀ ਬੜੀ ਨਾਜ਼ੁਕ ਬਣੀ ਆ, ਤੇ ਜੇ ਕਿਸਾਨ ਵੱਲ ਸਰਕਾਰ ਨਹੀਂ ਵੇਂਦੀ ਤੇ ਥੋੜੇ ਚਿਰ ਬਾਅਦ ਕਿਸਾਨ ਜਿਹੜਾ ਉਹ ਬਹੁਤ ਜਿਹੜਾ ਮਜਬੂਰੀ ਥੱਲੇ ਆ ਜਾਏਗਾ। ਕਣਕ ਦੀ ਫਸਲ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫਸਲ ਜਿਹੜੀ ਪ੍ਰਭਾਵਿਤ ਹੋਈ ਹੈ? ਇਹਦੇ ਤੋਂ ਇਲਾਵਾ ਜੇ ਹੁਣ ਜਿਸ ਤਰ੍ਹਾਂ ਬਰਸਾਤ ਹੁਣ ਚਾਲੂ ਆ ਤੇ ਜੇ ਦਿਹਾੜਾਂ ਦੇ ਵਿੱਚ ਗਲੇ ਪੈ ਗਏ ਤੇ ਫਿਰ ਪੱਠੇ ਵੀ ਖਤਮ ਹੋਣੇ ਨੇ, ਤੇ ਜਿਸ ਤਰ੍ਹਾਂ ਕਣਕ ਖਰਾਬ ਹੋ ਗਈ ਆ ਆਉਣ ਵਾਲੇ ਸਮੇਂ 'ਚ ਡੰਗਰਾਂ ਵਾਸਤੇ ਤੂੜੀ ਵੀ ਨਹੀਂ ਬਣਨੀ, ਤੇ ਜੇ ਹੋਣੀ ਕਿਤੇ ਬੰਦ ਹੋ ਜਾਏ ਤੇ ਫਿਰ ਥੋੜ੍ਹਾ ਬਹੁਤਾ ਬਚਾਅ ਆ। ਤੇ ਸਰਕਾਰ ਨੂੰ ਚਾਹੀਦਾ ਕਿਸਾਨਾਂ ਨੂੰ ਕੁਝ ਨਾ ਕੁਝ ਇਹਦਾ ਮੁਆਵਜ਼ਾ ਦੇਵੇ ਤੇ ਕਿਸਾਨਾਂ ਵੱਲ ਧਿਆਨ ਦੇਵੇ ਸਰਕਾਰ, ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਵਾ। ਸਾਡੀ ਤਾਂ ਸਰਕਾਰ ਅੱਗੇ ਅਪੀਲ ਆ ਵੀ ਇਹ ਕਿਸਾਨਾਂ ਵੱਲ ਧਿਆਨ ਦੇਵੇ ਤੇ ਧਿਆਨ ਦੇਣਾ ਚਾਹੀਦਾ ਵੀ ਆ। ਜਿਹੜੀਆਂ ਪਿਛਲੀ ਵਾਰ ਆਪਣਾ ਫਸਲਾਂ ਪ੍ਰਭਾਵਿਤ ਹੋਈਆਂ ਸੀ ਮੀਂਹ ਔਰ ਗੜੇਮਾਰੀ ਨਾਲ, ਕੀ ਉਹਦਾ ਮੁਆਵਜ਼ਾ ਹੁੰਦਾ ਕਿਸਾਨਾਂ ਨੂੰ ਮਿਲ ਚੁੱਕਾ ਕਿ ਨਹੀਂ ਮਿਲ ਚੁੱਕਾ? ਨਹੀਂ ਜੀ, ਉਹਦਾ ਨਹੀਂ ਮਿਲਿਆ ਕੁਝ ਵੀ। ਉਹ ਪਟਵਾਰੀ ਆਇਆ ਸੀ ਤੇ ਗਰਦੌਰੀ ਕਰਕੇ ਲੈ ਗਿਆ ਤੇ ਗਰਦੌਰੀ ਖਰੇ ਰਾਹ 'ਚ ਸੁੱਟ ਗਿਆ ਕਿਤੇ, ਤੇ ਉਹਨੇ ਨਹੀਂ ਕਿਤੇ ਪਹੁੰਚਾਈ ਤੇ ਨਾ ਕੋਈ ਬਾਅਦ ਵਿੱਚ ਅਫਸਰ ਆਇਆ ਨਾ ਕੋਈ ਸਰਕਾਰੀ ਬੰਦਾ ਆਇਆ, ਕਿਸੇ ਨੇ ਕਿਸਾਨ ਦੀ ਸਾਰ ਨਹੀਂ ਲਈ। ਉਦੋਂ ਛੇਤੀ ਛੇਤੀ ਗਰਦੌਰੀਆਂ ਕਰੋ ਜੀ ਤੁਹਾਨੂੰ ਆਹ ਮਿਲ ਜਾਏਗਾ, ਜੇ ਮਿਲ ਜਾਏਗਾ, ਮਿਲਿਆ ਕੁਛ ਨਹੀਂ ਗਾ। ਕੀ ਮੰਗ ਹੈ ਤੁਹਾਡੀ ਸਰਕਾਰ? ਸਾਡੀ ਇਹੋ ਮੰਗ ਆ ਵੀ ਸਰਕਾਰ ਨੂੰ ਕਿਸਾਨ ਵੱਲ ਧਿਆਨ ਦੇਣਾ ਚਾਹੀਦਾ, ਕਿਸਾਨ ਦੇ ਖਰਚੇ ਬੜੇ ਨੇ, ਤੇ ਜੇ ਹੋਰਨਾਂ ਕੰਮਾਂ 'ਤੇ ਸਰਕਾਰ ਧਿਆਨ ਦਿੰਦੀ ਆ ਤੇ ਇਹਨਾਂ ਵੱਲ ਵੀ ਧਿਆਨ ਦੇਵੇ, ਇਹਨਾਂ ਨੂੰ ਖਰਚਾ ਖੁਰਚਾ ਥੋੜ੍ਹਾ ਜਿਹਾ ਦੇਵੇ, ਕਿਉਂਕਿ ਕਿਸਾਨ ਉੱਠਿਆ ਰਹੇ। ਹਾਂਜੀ, ਮੈਂ ਪ੍ਰਦੀਪ ਸਿੰਘ ਵਾਸੀ ਸ਼ਾਹਪੁਰ ਜਾਜਨ ਦਾ ਰਹਿਣ ਵਾਲਾ ਹਾਂ। ਇਹ ਜਿਹੜੀ ਬੇਮੌਸਮੀ ਬਰਸਾਤ ਹੋਈ ਆ ਇਹਦੇ ਨਾਲ ਸਾਡੀਆਂ ਕਣਕ ਦਾ ਅਤੇ ਹੋਰ ਬਹੁਤ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ। ਪਿਛਲੇ ਸਾਲ ਵੀ ਜਿਹੜੀ ਕਣਕ ਦੀ ਫਸਲ ਸੀ ਉਹ ਹੀਟ ਵੇਵ ਕਰਕੇ ਉਹਦਾ ਵੀ ਸਾਡਾ ਜਿਹੜਾ ਸੀਗਾ ਕਾਫੀ ਉਹਦਾ 40-50% ਸਾਡਾ ਜਿਹੜਾ ਝਾੜ ਆ ਉਹ ਘੱਟ ਗਏ ਸੀਗੇ। ਇਸ ਕਰਕੇ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ, ਵੇਖੋ ਅਸੀਂ ਦੇਸ਼ ਦੇ ਕਿਸਾਨ ਹਾਂ, ਜੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਖੋ ਕਣਕ ਦੇ ਰੇਟ ਕਿੰਨੇ ਆ, ਇਹ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਆਟੇ ਦੇ ਰੇਟ ਜਿਹੜੇ ਆ ਉਹ ਡਬਲ ਹੋ ਚੁੱਕੇ ਆ। ਅਸੀਂ ਖੇਤੀਬਾੜੀ ਮੰਤਰੀ ਤੋਮਰ ਤੋਂ, ਨਰਿੰਦਰ ਮੋਦੀ ਤੋਂ, ਭਗਵੰਤ ਸਿੰਘ ਮਾਨ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਕਿਸਾਨਾਂ ਨੂੰ ਘੱਟ ਤੋਂ ਘੱਟ ਜਿਹੜੀ MSP ਆ ਸਾਨੂੰ 3000 ਤੇ ਦਿੱਤੀ ਜਾਵੇ, ਜਾਂ ਤੁਸੀਂ ਕੰਮ ਕਿਸਾਨਾਂ ਨੂੰ ਪੈਸਾ ਦਿਓਗੇ ਉਹ ਆਪਣਾ ਜਿਹੜਾ ਇੰਡੀਅਨ ਇਕੋਨਮੀ 'ਤੇ ਕੋਈ ਬੋਝ ਨਹੀਂ ਗਾ, ਉਹਦੇ ਨਾਲ ਜਿਹੜੇ ਦੂਜੇ ਸੈਕਟਰ ਆ ਇਕੋਨਮੀ ਦੇ ਉਹ ਐਗਰੀਕਲਚਰ ਦੇ ਨਾਲ ਹੀ ਡਿਵੈਲਪ ਹੋਣੇ ਆ, ਜੇ ਖੇਤੀਬਾੜੀ ਨੂੰ ਉੱਪਰ ਚੁੱਕਦੇ ਆ ਦੂਜੇ ਸੈਕਟਰ ਉਹਦੇ ਨਾਲ ਰਿਲੇਟਡ ਨੇ ਉਹ ਸਾਰੇ ਆਪਣੇ ਆਪ ਚੁੱਕੇ ਜਾਣਗੇ। ਇਸ ਕਰਕੇ ਜਿੰਨੀਆਂ ਵੀ ਸਾਡੇ ਪੰਜਾਬ ਦੀਆਂ ਕਿਸਾਨ ਯੂਨੀਅਨ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਸਾਨੂੰ ਵੱਧ ਤੋਂ ਵੱਧ ਜਿਹੜੀ MSP ਆ ਉਹ ਦਵਾਈ ਜਾਏ, ਤਾਂ ਕਿ ਅਸੀਂ ਜਿਹੜੇ ਇੰਨੇ ਸਾਡੇ ਖਰਚੇ ਆ ਆਹ 2-3 ਸਾਲ ਤੋਂ ਜਿਹੜਾ ਮੌਸਮ 'ਚ ਪਰਿਵਰਤਨ ਆ ਇਹਦੇ ਕਰਕੇ ਸਾਡੇ ਨੁਕਸਾਨ ਹੋ ਰਿਹਾ, ਉਹਨਾਂ ਤੋਂ ਜਿਹੜਾ ਜ਼ਿੰਮੀਦਾਰ ਆਇਆ ਉਹ ਉੱਠ ਸਕੇ ਤਾਂ ਆਪਾਂ ਵੀ ਤਰੱਕੀ ਕਰ ਸਕੀਏ, ਇਹਦੇ ਨਾਲ ਦੇਸ਼ ਦੀ ਤਰੱਕੀ ਹੋਏਗੀ। ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ। ਜਿਹੜਾ ਕੇਂਦਰੀ ਮੰਤਰੀ ਸੀ ਉਹਨਾਂ ਵੱਲੋਂ ਕਿਹਾ ਗਿਆ ਕਿਸਾਨਾਂ ਦੀ ਆਮਦਨ ਜਿਹੜੀ ਦੁੱਗਣੀ ਹੋਏਗੀ, ਕੀ ਲੱਗਦਾ ਦੁੱਗਣੀ ਹੋਈ ਹੈ ਕਿ ਨਹੀਂ ਹੋਈ? ਉਹ ਅਜੇ ਤੱਕ ਤਾਂ ਕੋਈ ਲੱਗਦਾ ਕਿਹੜੇ ਹਿਸਾਬ ਨਾਲ ਦੁੱਗਣੀ, ਖਰਚੇ ਜ਼ਰੂਰ ਡਬਲ ਹੋ ਗਏ ਆ ਪਰ ਜਿਹੜੀ ਆਮਦਨ ਹੈ ਉਹ ਤਾਂ ਜੇ ਉੱਥੇ ਹੀ ਆ। ਇਹਨਾਂ ਕਿਹਾ ਸੀ ਅਸੀਂ 24 ਤੱਕ ਆਪਾਂ ਜਿਹੜੇ ਆਮਦਨ ਆ ਦੁੱਗਣੀ ਕਰਨੀ ਆ, ਹੁਣ ਤੱਕ ਕਰਨ ਦੀ ਇਹਨਾਂ ਨੂੰ ਦੁੱਗਣ ਦੀ ਲੋੜ ਹੀ ਨਹੀਂ, ਉਹਨਾਂ ਨੂੰ ਇੰਟਰਨੈਸ਼ਨਲ ਮਾਰਕੀਟ ਨਾਲ ਰੇਟ ਦੇ ਦੇਣ ਉਹ ਤੇ ਆਟੋਮੈਟਿਕਲੀ ਡਬਲ ਹੋ ਜਾਣੀ ਆ। ਇਸ ਕਰਕੇ ਐਵੇਂ ਝੂਠੇ ਲਾਰੇ ਲਾਉਣ ਦੀ ਬਜਾਏ ਅਸੀਂ ਕੇਂਦਰੀਵਾੜੀ ਮੰਤਰੀ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਸਾਨੂੰ ਜਿਹੜੀ MSP ਆ ਉਹ ਹੀ ਸਾਨੂੰ ਵਧਾ ਕੇ 3000 ਦਿਓ, ਨਹੀਂ ਤਾਂ ਸਾਨੂੰ ਇੰਟਰਨੈਸ਼ਨਲ ਮਾਰਕੀਟ ਦੀ ਜੋ MSP ਉਹ ਦੇ ਦਿਓ। ਜਿਹੜੀ ਪਿਛਲੇ ਸਮੇਂ ਗਰਦੌਰੀਆਂ ਹੋਈਆਂ ਸੀ, ਜਿਹੜੀ ਗੜੇਮਾਰੀ ਨਾਲ ਨੁਕਸਾਨ ਨਹੀਂ ਗਈ ਕਣਕ ਸੀ, ਪਿਛਲੇ ਝੋਨੇ ਦੀ ਕਣਕ ਜਿਹੜੀ ਖਰਾਬ ਹੋਈ ਸੀ, ਕੀ ਉਹ ਲੋਕਾਂ ਨੂੰ ਖਰਾਬੀ ਹੁਣ ਤੱਕ ਮਿਲ ਚੁੱਕੀ ਹੈ? ਉਹਦੇ ਬਾਰੇ ਮੈਨੂੰ ਅਜੇ ਜ਼ਿਆਦਾ ਨਹੀਂ ਪਤਾ, ਪਰ ਫਿਲਹਾਲ ਜੋ ਮੇਰੀ ਜਾਣਕਾਰੀ ਹੈ ਉਹ ਮੇਰੇ ਖਿਆਲ ਨਹੀਂ ਮਿਲੀ। ਸਿੰਘ ਜੀ, ਕਿਹੜਾ ਪਿੰਡ ਹੈ? ਪਿੰਡ ਸ਼ਾਹਪੁਰ ਜਾਜਨ। ਜਿਹੜੀ ਇਸ ਵੇਲੇ ਬਰਸਾਤ ਹੋ ਰਹੀ ਹੈ, ਹਾਂਜੀ, ਕਿੰਨਾ ਕੁ ਨੁਕਸਾਨ ਹੋ ਰਿਹਾ ਕਣਕ? ਨੁਕਸਾਨ ਜੇ ਹਿਸਾਬ ਨਾਲ ਹੁਣ ਕਣਕ ਨੂੰ ਸਵਾਗ ਵੱਜਾ, ਮੇਰੇ ਹਿਸਾਬ ਨਾਲ ਸਾਡਾ ਆਦਮ ਨਹੀਂ ਪੱਲੇ ਪੈਣਾ ਜੀ, ਸਾਡਾ ਇਹ ਹਿਸਾਬ ਨਾਲ ਆਦਮ ਨਹੀਂ ਪੱਲੇ ਪੈਣਾ। ਸਾਡੇ ਕੋਲ ਤਾਂ ਪਹਿਲੀ ਬਾਸਮਤੀ ਕਿੜੀ ਦਾ ਨਹੀਂ ਕੁਝ ਮਿਲਿਆ ਅਜੇ ਤੱਕ, ਉਹ ਵੀ ਨਹੀਂ ਲੱਕ ਸਿੱਧਾ ਹੋਇਆ ਤੇ ਕਣਕ ਨਾ ਵੇਲ ਵਾਲ ਤੁਸੀਂ ਸਾਹਮਣੇ ਦੇਖ ਨਹੀਂ ਡਿਆ ਤੁਹਾਨੂੰ ਹੁਣ,
ये बारे अं हूँ कही देना भी सरकार को कुछ ना कुछ साढ़े वाल ध्यान देना चाहिए। इस मीह के नाल कड़ी कड़ी जी फसल जी प्रभावित हुई है? हाल की घड़ी तो जिस हिसाब ना माहौल चार पाँच दिन का लगातार तो कणक में सुहागा वाजा इसी हिसाब ने एक हिसाब ने भी अद्धे चीज सब कुछ डिग पाया। तूड़ी भी मेरे हिसाब ना बहुत घट जानी है, दाने तो कितने रह गए जितना कणक डिग पी है, नार थले खराब हो जाना, तूड़ी की भी आस नहीं अद्धी की रहनी, तो अगे यार का बहुत महंगा रहा काम तूड़ी का, तो आम जनता वास्ते काम औखा हो जाना। अही कहने भी सरकार को कुछ ना कुछ ध्यान देना चाहिए इन्होंने चीज़ों वाल। किन्ने क परसेंट जरा झाल इस वे घट निकलती है लग रही है? अस देखो जी अं तो आने भी हूँ तो जी कणक की कंडीशन जावड़ी है, वो अठ से दस वो क्विंटल निकल सकती है, तो वह नहीं निकल सकती वो भी जे हाल की घड़ी हूँ तो मौसम मतलब साफ हो जाए तो जी इस तरह ही मौसम रहा तो फिर जिन्हें कणक डिग पिया ने छिटे दबे जाने वो थले गल जाने तो फिर पले की पैना किसान से, ये तुम भी देखन दिया सू भी देखन दिया। अही आने भी सरकार को कुछ ना कुछ किसान वाल ध्यान देना चाहिए वा, जिदा करके किसान भी बिल्कुल ही अगे ही बड़ा थले डिगा होया।